ਆਲਟੋ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ। ਡੇਰਾ ਬਾਬਾ ਨਾਨਕ ਪੱਖੋ ਕੇ ਕਤਲ ਮਾਮਲਾ ਡੇਰਾ ਬਾਬਾ ਨਾਨਕ ਪੁਲਿਸ ਨੇ ਕੀਤਾ 24 ਘੰਟੇ ਦੇ ਵਿੱਚ ਹੱਲ। DSP ਰਿਪੂ ਤਾਪਨ ਨੇ ਦਿੱਤੀ ਜਾਣਕਾਰੀ, ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਾਨ ਵੀ ਦਬਾ ਲਓ। ਡੇਰਾ ਬਾਬਾ ਨਾਨਕ DSP ਆਫਿਸ ਦੇ ਵਿੱਚ ਇੱਕ ਅਹਿਮ ਪ੍ਰੈਸ ਵਾਰਤਾ ਕਰਦੇ ਹੋਏ DSP ਰਿਪੂ ਤਾਪਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੱਲ ਜੋ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਪੱਖੋ ਕੇ ਟਾਲੀ ਸਾਹਿਬ ਵਿਖੇ ਕਤਲ ਹੋਇਆ ਸੀ, ਉਸ ਦੇ ਮੁਲਜ਼ਮ ਨੂੰ ਲੁਧਿਆਣਾ ਚੋਂ ਗ੍ਰਿਫਤਾਰ ਕਰਕੇ ਹੱਲ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਇੰਸਪੈਕਟਰ ਜਸਪਾਲ ਸਿੰਘ, ਦਲਜੀਤ ਸਿੰਘ ਨੇ ਇਸ ਵਿੱਚ ਮੁਸਤੈਦੀ ਨਾਲ ਕੰਮ ਕਰਦੇ ਹੋਏ 24 ਘੰਟੇ ਦੇ ਅੰਦਰ ਹੀ ਇਸ ਕੇਸ ਨੂੰ ਨੇਪੜੇ ਛੱਡ ਦਿੱਤਾ। ਆਓ ਸੁਣਦੇ ਹਾਂ DSP ਰਿਪੂ ਤਾਪਨ ਸਿੰਘ ਨੇ ਕੀ ਕਿਹਾ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕ੍ਰਿਸ਼ਨ ਗੋਪਾਲ ਅਤੇ ਰਿੰਕਾ ਵਾਲੀ ਇਹ ਵਿਸ਼ੇਸ਼ ਰਿਪੋਰਟ। ਡੇਰਾ ਬਾਬਾ ਨਾਨਕ ਕਤਲ ਕੇਸ ਦੇ ਵਿੱਚ, ਜਿਸ ਵਿੱਚ ਰਵੀ ਸਿੰਘ ਆਪ ਦੇ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ, ਉਸ ਦੇ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਨੇ ਮਾਨਯੋਗ SSP ਸ਼੍ਰੀ ਅਸ਼ਵਨੀ ਗੋਟੀਆ ਜੀ ਡਿਵੀਜ਼ਨ ਮਲੇਸ਼ਾ ਹੇਠ ਪਤਾ ਰਜਿਸਟਰ ਕਰਕੇ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਵਿੱਚ ਭੇਜੀਆਂ ਸੀ, ਜਿਸ ਦੇ ਵਿੱਚ ਪੁਲਿਸ ਨੂੰ ਬਹੁਤ ਜਲਦੀ ਸਫਲਤਾ ਮਿਲੀ, ਜੋ ਕਿ ਦੋਸ਼ੀ 6-7 ਘੰਟਿਆਂ ਦੇ ਵਿੱਚ ਲੁਧਿਆਣਾ ਤੋਂ ਗ੍ਰਿਫਤਾਰ ਕਰਦਾ ਗਿਆ, ਜਿਸ ਦੇ ਵਿੱਚ ਲੁਧਿਆਣਾ ਪੁਲਿਸ ਨੇ ਮਦਦ ਕੀਤੀ, ਜਿਨ੍ਹਾਂ ਦੀ ਸਹਿਯੋਗ ਦੇ ਨਾਲ ਇਹ ਦੋਸ਼ੀ ਜਲਦ ਕਰ ਗਿਆ 6-7 ਘੰਟਿਆਂ ਦੇ। ਸਰ ਵਜ੍ਹਾ ਕੀ ਰਹੀ ਹੈ ਕਤਲ ਦੀ? ਵਜ੍ਹਾ ਇਹਨਾਂ ਦੇ ਆਪਸ ਦੀ ਕਿ ਕੋਈ ਗਾਲੀ ਗਲੋਚ ਹੋਇਆ, ਇਹਨਾਂ ਦਾ ਆਪਸ ਗਾਲੀ ਗਲੋਚ ਹੋਇਆ, ਇੱਕ ਦੂਜੇ ਨੂੰ ਮਿਲੇ, ਜਦੋਂ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਹੀ ਉਹਨੇ ਕ੍ਰੈਸ਼ ਦੇ ਵਿੱਚ ਆ ਕੇ ਬੰਦੇ ਨੇ ਜਿਹੜਾ ਕਤਲ ਕਰ ਦਿੱਤਾ। ਸਰ ਜਿਹੜਾ ਕਤਲ ਇਹਦੇ ਇਕੱਲੇ ਵੱਲੋਂ ਕੀਤਾ ਗਿਆ ਕਿ ਇਹਦੇ ਨਾਲ ਹੋਰ ਕੀ ਨਾਲ? ਇਹਦੇ ਨਾਲ ਇਕੱਲਾ ਹੀ ਬੰਦਾ, ਹਾਲੇ ਤੱਕ ਜਿਹੜੀ ਤਸਵੀਰ ਆਈ ਉਹਦੇ ਵਿੱਚ ਇਕੱਲਾ ਹੀ ਬੰਦਾ ਸਾਹਮਣੇ ਆਇਆ। ਇਸ ਇਲਾਵਾ ਵੀ ਇੱਥੇ ਕੋਈ ਕੇਸ ਚੱਲ ਰਿਹਾ ਨਹੀਂ ਜਿਹਨੂੰ? ਉਹ ਵਾਲੇ ਇਨਵੈਸਟੀਗੇਸ਼ਨ ਦਾ ਹਿੱਸਾ ਆ, ਉਹਦੇ ਸਾਰਾ ਰਿਕਾਰਡ ਸ਼ਾਮ ਕੇ ਤੁਹਾਨੂੰ ਦੱਸਾਂਗੇ ਨਾਲ ਦੀ ਘੜੀ ਜਿਹੜਾ ਸਾਡੇ ਧਿਆਨ ਦੇ ਵੀ ਕੇਸ। ਸਰ ਕੀ ਕਾਰਵਾਈ ਕੀਤੀ ਗਈ ਤੁਹਾਡੇ ਵਿੱਚ ਇਸ ਹੁਣ ਤੱਕ? ਜਿਹੜੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਹੋਣੀ ਚਾਹੀਦੀ।